ਸਰਸਿਕਾ ਪੰਜਾਬ ਸਵੈਯਤਾ ਡਾ ਪੰਜਾਬ ਇਗਜ਼ਾਮ ਰਿਜ਼ਲਟ ਗੁਰੂ ਦੇ ਦਿਸ ਇਸ ਨਿਹਾਰਿਕਾ ਪੀਐਸ ਟੈਟ ਦੇ ਜਿਹਨੇ ਬੱਚੇ ਤਿਆਰੀ ਕਰ ਰਹੇ ਨੇ ਇੰਗਲਿਸ਼ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਬੜਾ ਹੀ ਕਾਮਨ ਟਾਪਿਕ ਹੁੰਦਾ ਹੈ ਜਿਹੜਾ ਪੈਡਾਗੋਜੀ ਵੀ ਦੀ ਚਾਹੁੰਦਾ ਹੈ ਉਹ ਆਂਦਾ ਹੈ ਰੈਮੈਡੀਅਲ ਟੀਚਿੰਗ ਇਹਦੇ ਵਿੱਚ ਤੁਹਾਨੂੰ ਕਿੰਨੇ ਕੁਐਸਚਨ ਆ ਸਕਦੇ ਨੇ ਦੋ ਕੁਐਸਚਨ ਤੁਹਾਨੂੰ ਜ਼ਰੂਰ ਜੋ ਹੈ ਪੀਐਸ ਟੈਟ ਦੇ ਵਿੱਚ ਪੁੱਛ ਸਕਦੇ ਨੇ ਰੈਮੈਡੀਅਲ ਟੀਚਿੰਗ ਦੇ ਉੱਪਰ ਤਾਂ ਰੈਮੈਡੀਅਲ ਟੀਚਿੰਗ ਹੁੰਦੀ ਕੀ ਹੈ ਪਹਿਲੇ ਸਮਝਣਾ ਤੇ ਰੈਮੇਡੀਅਲ ਟੀਚਿੰਗ ਕੀ ਹੁੰਦਾ ਰੈਮੇਡੀ ਤੋਂ ਲੈਣਾ ਹੈ ਵਰਡ ਇਹ ਕਿੱਥੋਂ ਨਿਕਲਿਆ ਵੀ ਰੈਮੇਡੀ ਤੋਂ ਰੈਮੇਡੀਆ ਕੀ ਮਤਲਬ ਹੁੰਦਾ ਸੁਧਾਰ ਕਰਨਾ ਕਿ ਆਪਾਂ ਟੀਚਿੰਗ ਤੇ ਆਪਾਂ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹਾਂ ਵਿਦ ਦਾ ਪੈਸੇਜ ਆਫ ਦਾ ਟਾਈਮ ਜਦੋਂ ਆਪਾਂ ਬੱਚੇ ਨੂੰ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਬਈ ਲਰਨ ਕਰ ਰਿਹਾ ਵਾ ਕਿਸ ਤਰ੍ਹਾਂ ਸਿੱਖ ਰਿਹਾ ਵਾ ਤੇ ਪਹਿਲੇ मीनिंग ਸਮਝਾਂਗੇ ਉਸ ਤੋਂ ਬਾਅਦ ਕੁਝ ਕੁਐਸਚਨਸ ਦੇਖਾਂਗੇ ਅਗਰ ਤੁਹਾਨੂੰ ਸੈਸ਼ਨ ਚੰਗਾ ਲੱਗੇਗਾ ਤੇ ਜਰੂਰ ਜੋ ਹੈ ਸੈਸ਼ਨ ਨੂੰ ਲਾਈਕ ਕਰਕੇ ਜਾਇਓ ਪਹਿਲੀ ਗੱਲ ਰੈਮਡੀਅਲ ਟੀਚਿੰਗ ਹੁੰਦੀ ਕੀ ਹੈ ਇਸ ਅ ਟੀਚਿੰਗ অর ਇਨਸਟ੍ਰਕਸ਼ਨਲ ਵਰਕ ਹੁੰਦਾ ਕੈਰੀਡ ਆਊਟ ਟੂ ਪ੍ਰੋਵਾਈਡ ਰੈਮਡੀਅਲ ਮੈਜਰਸ ਠੀਕ ਹੈ ਤਰੀਕੇ ਸੁਧਾਰ ਦੇ ਤਰੀਕੇ ਆਪਾਂ ਇਹਦੇ ਵਿੱਚ ਯੂਜ਼ ਕਰਦੇ ਆ ਕਿਹੜੇ ਤਰੀਕੇ ਯੂਜ਼ ਕਰਦੇ ਆ ਸੁਧਾਰ ਨੂੰ ਸੁਧਾਰ ਨੂੰ ਆਪਾਂ ਯੂਜ਼ ਕਰਦੇ ਹਾਂ ਟੂ ਹੈਲਪ ਦਾ ਪੀਪਲ ਸਟੂਡੈਂਟਸ ਨੂੰ ਹੈਲਪ ਕਰਨਾ ਟੂ ਗੈਟ ਰਿਡ ਆਫ देयर ਕਾਮਨ অর ਸਪੈਸਿਫਿਕ ਵੀਕਨੈਸ ਬੱਚੇ ਨੂੰ ਪੜਾਉਣਾ ਨਹੀਂ ਆਪਾਂ ਠੀਕ ਹੈ ਐਜ਼ ਅ ਟੀਚਰ ਜਦੋਂ ਆਪਾਂ ਦੇਖਦੇ ਆਂ ਚਿਲड्रन ਜਿਹੜੇ ਨੇ ਸਟੂਡੈਂਟਸ ਜਿਹੜੇ ਨੇ ਮਿਸਟੇਕਸ ਕਰਦੇ ਨੇ ਉਹਨਾਂ ਨੂੰ ਲਰਨ ਨਹੀਂ ਹੁੰਦਾ ਸਹੀ ਤਰ੍ਹਾਂ ਲਰਨਿੰਗ ਨਹੀਂ ਕਰ ਪਾ ਰਹੇ ਸਹੀ ਤਰ੍ਹਾਂ ਕੁਝ ਨਹੀਂ ਸਿੱਖ ਪਾ ਰਹੇ ਤੇ ਉੱਥੇ ਸਾਨੂੰ ਸਾਇੰਸ ਨੂੰ ਕੀ ਕੰਮ ਆਂਦੀ ਸਾਡੀ ਰੈਮੀਡੀਅਲ ਟੀਚਿੰਗ ਕੰਮ ਆਂਦੀ ਹੈ ਬੋਥ ਇੰਪੋਰਟੈਂਟ ਟਾਪਿਕ ਹੈ ਤੁਹਾਡਾ ਪੈਡਾਗੋਜੀ ਦਾ ਇੰਗਲਿਸ਼ ਪੈਡਾਗੋਜੀ ਦਾ ਆਈ ਹੋਪ ਤੁਹਾਨੂੰ ਸਮਝ ਲੱਗੇਗਾ ਜਿਸ ਤਰ੍ਹਾਂ ਪਹਿਲਾ ਕੁਐਸਚਨ ਤੁਹਾਨੂੰ ਅਗਰ ਪੁੱਛਦੇ ਪਏ ਨਿਓ ਕਿ ਰੈਮੀਡੀਅਲ ਟੀਚਰ ਜਿਹੜਾ ਤੁਸੀਂ ਸੁਧਾਰ ਵਾਲੇ ਟੀਚਰ ਹੋ ਮਸਟ ਕੋਆਪਰੇਟ ਵਿਦ ਡੈਸ਼ ਟੂ ਸੀਕ ਫॉर professionl ਸਪੋਰਟ ਵਿਦ ਅ ਵਿਊ ਟੂ ਹੈਲਪਿੰਗ ਪੀਪਲ ਸੋਲ देयर ਪ੍ਰੋਬਲਮਸ ਤਾਂ ਕੀ ਆ ਗਿਆ ਵੈ ਇਹ ਜਿਹੜਾ ਰੈਮੀਡੀਅਲ ਟੀਚਰ ਹੈ ਮਸਟ ਕੋਆਪਰੇਟ ਕਰੇ ਕਿਸ ਸੀ ਦੇ ਨਾਲ ਕੋਆਪਰੇਟ ਕਰੇ ਵਿਦ ਲੱਗਾ की कर वास्ते टू सीक फॉर प्रोफेसनल सपोर्ट लैन वास्ते विद व्यू टू हैल्पिंग स्टूडेंट्स सोल्व देयर प्रॉब्लम किस तरह स्टूडेंट्स की प्रॉब्लम सोल्व कर सकता है उस बारे गल हुई है तो फिर स्टूडेंट्स की प्रॉब्लम को किस तरह सोल्व कर सकता है रिलेटेड प्रोफेसनल्स डील करें स्पैशल ट्यूटरस रखे या फिर इंग्लिश एक्सपर्ट्स रखे या फिर रिलेट बुक राइटर्स रखे टीचर जोड़ा है अपने स्टूडेंट्स की लर्निंग होर किस तरह वजिए कर सकता है मान लो कोई बच्चा सही तरह जो नहीं पढ़ पा रहा reality teacher ਤੁਸੀਂ ਕਿਸ ਤਰ੍ਹਾਂ ਕਿਹੜੀ ਰੈਮੀਡੀਅਲ ਟੀਚਿੰਗ ਜਿਹੜੀ ਹੈ ਯੂਜ਼ ਕਰੋਗੇ ਇਸ ਕੰਟੈਕਸਟ 'ਚ ਟੂ ਸੀਕ ਫੋਰ ਪ੍ਰੋਫੈਸ਼ਨਲ ਸਪੋਰਟ ਵਿਦ ਅ ਵਿਊ ਟੂ ਹੈਲਪਿੰਗ ਕਿਉਂ ਭਈ ਆਪਾਂ ਪ੍ਰੋਫੈਸ਼ਨਲ ਸਪੋਰਟ ਲੈਣਾ ਚਾਹਾਂਗੇ ਹੈਨਾ ਕਿਉਂ ਲੈਣਾ ਚਾਹਾਂਗੇ ਕਿਉਂਕਿ ਆਪਾਂ ਚਾਹਨੇ ਆ ਵਿਦ ਅ ਵਿਊ ਟੂ ਹੈਲਪਿੰਗ ਪੀਪਲ ਸਟੂਡੈਂਟਸ ਨੂੰ ਸੋਲਵ ਕਰਨ ਲਈ ਉਹਨਾਂ ਦੀ ਪ੍ਰੋਬਲਮਸ ਨੂੰ ਰਿਲੇਟਿਡ ਪ੍ਰੋਫੈਸ਼ਨਲਸ ਸਟ੍ਰਿਕਟ ਟਿਊਟਰਸ ਇੰਗਲਿਸ਼ ਐਕਸਪਰਟਸ ਰਿਲੇਟਿਡ ਬੁੱਕ ਰਾਈਟਰਸ ਤੇ ਮੈਂ ਇੱਥੇ ਜਿਹੜਾ ਰਾਈਟ ਆਪਸ਼ਨ ਸਾਡਾ ਬਣੇਗਾ ਉਹ ਬਣੇਗਾ ਤੁਹਾਡਾ ਏ ਆਪਸ਼ਨ ਰਿਲੇਟਿਡ ਪ੍ਰੋਫੈਸ਼ਨਲਸ ਦੀ ਹੈਲਪ ਲਏਗਾ ਟੀਚਰ ਦੇਖੋ ਹੁਣ ਇੱਕ ਉਹਪਸ਼ਨ ਆਂਦਾ ਇੰਗਲਿਸ਼ ਐਕਸਪਰਟਸ ਦੀ ਅਗਰ ਐਜ਼ ਐਨ ਇੰਗਲਿਸ਼ ਟੀਚਰ ਤੁਸੀਂ ਇੰਗਲਿਸ਼ ਐਕਸਪਰਟਸ ਦੀ ਹੈਲਪ ਲਾਦੇ ਹੋ ਸਿ ਤੁਸੀਂ ਕਿਉਂ ਟੀਚਰ ਹੋ ਫਿਰ ਗਲਤੀ ਆਂਦੀ ਹੈ ਫਿਰ ਕਹਿੰਦੇ ਰਿਲੇਟਡ ਬੁੱਕ ਰਾਈਟਰਸ ਇਹ ਤਾਂ ਗੱਲ ਬਿਲਕੁਲ ਸਹੀ ਨਹੀਂ ਹੈ ਨਾ ਬੁੱਕ ਰਾਈਟਰਸ ਨਾ ਕੁਝ ਨਹੀਂ ਹੈਗਾ স্পেশাল ਟਿਊਟਰ ਦੇਈਗਾ ਤੁਸੀ ਹੈਲਪ ਲੈ ਰਹੇ ਹੋ ਤਾਂ ਬੱਚਾ ਤੁਹਾਡੀ ਕੋ ਕਿਉਂ ਆਏਗਾ ਪੜ੍ਹਨ ਵਾਸਤੇ ਇਹ ਵੀ ਤਾਂ ਗੱਲ ਹੈ ਸੋ ਇਹਦੇ ਵਿੱਚ ਕਿਹੜੇ ਵਾਲਾ ਆਪਸ਼ਨ ਸਹੀ ਹੋਏਗਾ ਸਾਡਾ ਮੈਮ ਸਿਰਫ ਉਹ ਸਿਰਫ ਏ ਆਪਸ਼ਨ ਸਾਡਾ ਸਹੀ ਹੋ ਜਾਏਗਾ ਜਿਸ ਤਰ੍ਹਾਂ ਇੱਕ ਹੋਰ ਕੁਐਸਚਨ ਆੰਦਾ تھا ਦੇਖੋ ਇਫੈਕਟਿਵ ਫੈਕਟਰਸ ਇਨ ਮੋਟੀਵੇਸ਼ਨ ਆਰ ਲਿੰਕਡ ਟੂ ਪੀਪਲਸ ਠੀਕ ਹੈ ਕੀਆ ਗਿਆ ਵਾ ਇਫੈਕਟਿਵ ਫੈਕਟਰਸ ਜਿਹੜੇ ਨੇ ਇਨ ਮੋਟੀਵੇਸ਼ਨ ਦੇ ਵਿੱਚ ਇਹ ਲਿੰਕ ਕਰਦੇ ਨੇ ਬੱਚਿਆਂ ਨੂੰ ਕਿਸ ਚੀਜ਼ ਦੇ ਨਾਲ ਆਰ ਲਿੰਕਡ ਲਿੰਕ ਟੂ ਪੀਪਲਸ ਡੈਸ਼ किस चीज़ दे नाल लिंक करते हैं अबिलिटी टू कंप्लीट अ लैंग्एज टास्क अंडरसटैंडिंग सक्सैस एंड फेलीयरस सर्वाइवल एंड सेफ्टी नीड्स या फिर आया ओन परसैप्शन ऑफ देयर अबिलिटी समझा पहले अफेक्टिव फैक्टर्स मोटिवेन देखो रैमेडियल टीचिंग के की आता है मैम मैं रैमीडियल टीचिंग सा मोटीवे जब तो पहले वाला पॉजिटिव जो मोटीवे सब तो ज्यादा की है ਬਦਿਆ ਚੀਜ਼ ਹੈ ਇੱਕ ਬੱਚੇ ਦੀ ਪ੍ਰੇਜ਼ ਕਰਨਾ ਠੀਕ ਹੈ ਓਵਰ ਪ੍ਰੇਜ਼ ਨਹੀਂ ਬਟ ਪ੍ਰੇਜ਼ ਕਰਨਾ ਅਪਰੀਸ਼ੀਏਸ਼ਨ ਇਹ ਸਾਈਆਂ ਚੀਜ਼ਾਂ ਰੈਮੀਡੀਅਲ ਟੀਚਿੰਗ ਜਾਂਦੀਆਂ ਨੇ ਜਦੋਂ ਗੱਲ ਆਵੇ ਕਿ ਇਹ ਫੈਕਟਰ ਨਹੀਂ ਹੈ ਕੋਈ ਚੀਜ਼ ਇੱਥੇ ਆ ਗਈ ਕਿ ਥਿਸ ਇਸ ਨੋਟ ਦਾ ਫੈਕਟਰ ਆਫ ਰੈਮੀਡੀਅਲ ਟੀਚਿੰਗ ਜਦੋਂ ਆ ਗਈ ਕਿ ਨੋਟ ਵਰਡ ਆ ਗਿਆ ਤੁਹਾਡੇ ਕੋ ਠੀਕ ਹੈ ਉਦੋਂ ਆਪਾਂ ਕੀ ਕਰਾਂਗੇ 네ਗੇਟਿਵ ਆਨਸਰ ਨੂੰ ਆਪਾਂ ਕੀ ਕਰਾਂਗੇ ਸਿਲੈਕਟ ਕਰਾਂਗੇ ਯਾਦ ਰੱਖਿਓ ਜਿਸ ਤਰ੍ਹਾਂ ਆ ਐਫੈਕਟਿਵ ਫੈਕਟਰਸ ਇਨ ਮੋਟੀਵੇਸ਼ਨ ਆ ਲਿੰਕ ਟੂ ਪੀਪਲ ਜਿਹੜੇ ਐਫੈਕਟਿਵ ਫੈਕਟਰਸ ਨੇ ਮੋਟੀਵੇਸ਼ਨ ਦੇ ਇਹ ਬੱਚਿਆਂ ਦੇ ਨਾਲ ਲਿੰਕ ਹੁੰਦੇ ਨੇ ਔਨ ਪਰਸੈਪਸ਼ਨ ਆਫ देयर ਅਬਿਲਟੀ ਦੇ ਨਾਲ ਸਰਵਾਈਵਲ ਐਂਡ ਸੇਫਟੀ ਨੀਡਸ ਦੇ ਨਾਲ ਅੰਡਰਸਟੈਂਡਿੰਗ ਸਕਸੈਸ ਐਂਡ ਫੇਲਿਅਰਸ ਦੇ ਨਾਲ ਐਂਡ ਅਬਿਲਟੀ ਟੂ ਕੰਪਲੀਟ ਅ ਲੈਂਗੁਏਜ ਟਾਸਕ ਸਿੱਧਾ ਸਿੱਧਾ ਇੱਥੇ ਆਏਗਾ ਅੰਡਰਸਟੈਂਡਿੰਗ ਸਕਸੈਸਸਸ ਐਂਡ ਫੇਲਿਅਰਸ ਜਿਹੜਾ ਤਾਂ ਢਾਹੀ ਰਾਈਟ ਆਪਸ਼ਨ ਬਣ ਜਾਏਗਾ ਸੀ ਆਪਸ਼ਨ ਇੱਥੇ ਜਿਹੜਾ ਹੈ ਰਾਈਟ ਬਣੇਗਾ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਇੱਕ ਵਿਮਲ ਇਹ ਬੱਚਾ ਬੱਚੇ ਦਾ ਨਾਮ ਕੀ ਹੈ ਵਿਮਲ ਨਾਮ ਹੈ ਬੱਚੇ ਦਾ ਵਿਮਲ ਇੱਕ ਉਹਦੀ ਹੈਬਿਟ ਹੈ ਕੀ ਹੈਬਿਟ ਹੈ ਸਪੋਕਨ ਚਿੰਗ ਕਰਦਾ ਹੈ ਬੱਚਾ ਬੋਲਦੇ ਹੋਏ ਦ ਵਰਡ ਜੋਨ ਨੂੰ ਉਹ ਜੋਹਨ ਜੋਨ ਲਾਈਕ ਜੋਹਨ ਵਟ ਵਿਲ ਯੂ ਡੂ ਠੀਕ ਹੈ ਜੋਨ ਨੂੰ ਜੋਹਨ ਬੋਲਦਾ ਇੱਕ ਬੱਚਾ ਜੋਨ ਨੂੰ ਜੋਹਨ ਬੋਲਦਾ ਤੇ ਉਹਦੇ ਕੰਟੈਕਸਟ ਚ ਤੁਸੀਂ ਕੀ ਕਰਨਾ ਚਾਹੋਗੇ ਠੀਕ ਹੈ ਜੋਨ ਨੂੰ ਉਹ ਜੋਹਨ ਬੋਲਦਾ ਕੀ ਕਹੋਗੇ ਨੂੰ उसने तो उसकी की करोगे हम आया है गल की आई है विमल इज द हैबिट ऑफ स्पीकिंग द दर्ड जो लाइक जोहन किया एक बच्चा है जोन वर्ड जो जोहन बोल रहा है अभी सीधी गल नथिंग बिकॉज ही बिलोंग्स टू रूर बेल्ट वी कॉन्ट इंप्रूव हिम आप कुछ नहीं करा आप कुछ नहीं करेंगे क्योंकि वो कितों भी बिलोंग करता है रूरल बेल्ट तो है पेंडू है इस करके आप कुछ नहीं कहेंगे एज अ टीचर क्या चीज चंकी है बिल्कुल मैम बिल्कुल नहीं चंकी है ना इट्स है एज पर डेल्टन एक्सपी ये यई जी है पीढ़ी दर पीढ़ी आँदी है गल इस करके आप कुछ नहीं कर सकते एज तीजे टीजर तुम क्या ये करोगे या फिर ही इज़ नॉट एन इंटेलीजेंट बॉय वो इंटेलीजेंट बॉय नहीं है या फिर ही कहोगे यू विल अरेंज रेमेडियल क्लास फॉर हिम एक रेमेडियल क्लास लगाओगे सुधार वाली क्लास का मैं करोगे ऑर्गनाइज़ करोगे ठीक है ਤਾਂ ਕਿਆ ਜਿਹੜਾ ਰਾਈਟ ਆਪਸ਼ਨ ਹੋਏਗਾ ਮੈਮ ਇੱਥੇ ਦੇਖੋ ਜਿਹੜਾ ਇਹ ਵਾਲਾ ਵਰਡ ਇਹ ਵਾਲਾ ਆਪਸ਼ਨ ਐ ਨਾਥਿੰਗ ਬਿਕੋਜ਼ ਹੀ ਬਿਲੋਂਗਸ ਟੂ ਰੂਰ ਬੈਲਟ ਤਾਂ ਕੀ ਆਪਾਂ ਬੱਚੇ ਦੀ ਜਿਹੜੀ ਸਪੋਕਨ ਨੂੰ ਸੁਧਾਰਾਂਗੇ ਹੀ ਨਹੀਂ ਕਿਉਂਕਿ ਉਹ ਕਿੱਥੋਂ ਬਿਲੋਂਗ ਕਰਦਾ ਪਿਆ ਉਹ ਵਿਲੇਜ ਤੋਂ ਬਿਲੋਂਗ ਕਰਦਾ ਪਿਆ ਵੀ ਆਪਸ਼ਨ ਕਹਿੰਦਾ ਪਿਆ ਇਹ ਮਤਲਬ ਪੀੜੀਦਰ ਪੀੜੀ ਚੱਲਦਾ ਆ ਰਿਹਾ ਇਸ ਕਰਕੇ ਆਪਾਂ ਕੁਝ ਨਹੀਂ ਕਰਾਂਗੇ ਉਹ ਇੰਟੈਲੀਜੈਂਟ ਬੋਏ ਨਹੀਂ ਹੈ ਆਪੋਲੇਬਲ ਬਿਲਕੁਲ ਵੀ ਧਿਆਨ ਨਹੀਂ ਦੇਵਾਂਗੇ ਨਹੀਂ ਬੱਚੇ ਆਪਾਂ ਕਿਹੜਾ ਆਪਸ਼ਨ ਸਿਲੈਕਟ ਕਰਾਂਗੇ ਵੀ ਵਿਲ ਸਿਲੈਕਟ ਡੀ ਆਪਸ਼ਨ ਰੈਮੀਡੀਅਲ ਟੀਚਿੰਗ ਜੇ ਆਏਗਾ ਕਿ ਉਸ अथे राइट ऑप्शन होएगा सो आई होप है, थोड़ा जोड़ा जासैप्ट क्लीयर होया होएगा। इस तरह के क्लास में देखने मेरी बहुत सारी प्लेलिस्ट बनी हुई है जरूर देखियो तो लगातार इतने ही बने रहो पंजाब एग्जाम रिजल्ट गुरु ते कोई क्वेश्चन है कोई चाहते हो टॉपिक एक वाली डिटेल जिजेजे जरूर मैं कमेंट करके दस्यो थैंक यू सो मच गाइज